ਦੇਖੋ MSP ਹੋਵੇ ਮੈਂ ਇਹਦੇ ਹੱਕ 'ਚ ਹਾਂ, ਲੇਕਿਨ ਇਹ ਜਿਹੜੀ ਗੱਲ ਹੈ ਇਹ MSP ਹੈ ਨਹੀਂ, ਇਹ ਹੈ ਕੰਪਲਸਰੀ ਪ੍ਰੋਕਿਓਰਮੈਂਟ ਕਿ ਇਹ ਅਸੀਂ ਆਪਣੀ ਜ਼ਿੱਦਬਾਜ਼ੀ ਪੂਰੀ ਕਰਨੀ ਹੈ, ਇਹ ਅਸੀਂ ਜਿਹੜਾ ਸਾਡਾ ਜਿਹੜਾ ਹੰਕਾਰ ਹੈ ਉਹਦੇ 'ਤੇ ਅਸੀਂ ਇੱਥੇ ਖੜ੍ਹੇ ਹਾਂ ਅਤੇ ਆਪੋ 'ਚ ਮੁਕਾਬਲਾਬਾਜ਼ੀ ਹੈ ਸਾਰੇ ਜਿਹੜੇ ਘਰ ਘਰ ਦੀਆਂ ਬਣੀਆਂ ਜਥੇਬੰਦੀਆਂ ਨੇ ਉਹਨਾਂ ਦੀ, ਇਸ ਕਰਕੇ ਇਹ ਸਾਰਾ ਪੌੜਾ ਹੈ। ਜਦੋਂ ਕਿ ਗੱਲਬਾਤ ਨਹੀਂ ਕਰਦੇ ਅੱਜ ਵੀ, ਹੁਣ ਜਦੋਂ ਇਹ ਸਾਡੇ ਮਿੱਤਰ ਗੱਲ ਕਰਦੇ ਨੇ ਔਰ ਗੱਲ ਜ਼ਿੱਦ ਵਿੱਚ ਕੀਤੀ ਹੋਈ ਅਤੇ ਬਰਾਬਰ ਦੀ ਗੱਲ ਕੀਤੀ ਹੋਈ, ਇਹ ਡੈਮੋਕ੍ਰੇਸੀ ਦਾ ਇਹ ਤਰੀਕਾ ਨਹੀਂ ਕਿ ਆਪਾਂ ਬਿਲਕੁਲ ਜਿਹੜੀ ਗੱਲ ਅਸੀਂ ਆਖੀ ਆ ਉਹਦੇ 'ਚ ਅਸੀਂ ਜਾਣਾ। ਦੇਖੋ ਹੁਣ ਇੱਕ ਹੋਰ ਕਮੇਟੀ ਬਣੀ ਹੈ, ਇੱਕ MSP ਕਮੇਟੀ ਬਣੀ ਹੋਈ ਹੈ, ਇਹਨਾਂ ਨੇ ਉਸ MSP ਕਮੇਟੀ ਨੂੰ ਜੁਆਇਨ ਨਹੀਂ ਕੀਤਾ ਜਦੋਂ ਕਿ ਇਹਨਾਂ ਦੀ ਮੰਗ ਦੇ ਉੱਤੇ ਬਣੀ ਸੀ, ਇਹਨਾਂ ਜੁਆਇਨ ਇਸ ਕਰਕੇ ਨਹੀਂ ਕੀਤਾ ਇਹ ਕਹਿ ਕੇ ਕਿ ਇਸ ਕਮੇਟੀ ਵਿੱਚ ਸਾਰੇ ਹੀ ਉਹ ਹੋਣ ਜਿਹੜੇ ਸਾਡੀ ਗੱਲ ਨੂੰ ਟੋ ਕਰਦੇ ਨੇ। ਇਹ ਡੈਮੋਕ੍ਰੇਸੀ ਹੈ। ਫਾਰਮਰ MP ਤੁਸੀਂ ਰਹੇ ਹੋ, 2022 'ਚ ਸੁਪਰੀਮ ਕੋਰਟ ਨੇ ਜਦੋਂ ਅੰਦੋਲਨ ਚੱਲਿਆ ਦਿੱਲੀ 'ਚ ਕਮੇਟੀ ਬਣਾਈ ਸੀਗੀ 3 ਮੈਂਬਰੀ, ਤੁਸੀਂ ਉਹਦੇ ਵਿੱਚ ਮੈਂਬਰ ਵੀ ਰਹੇ, ਹੁਣ ਫਿਰ ਦੁਬਾਰਾ ਕਿਸਾਨ ਕੁਛ ਜਥੇਬੰਦੀਆਂ ਅੰਦੋਲਨ 'ਤੇ ਨੇ MSP ਨੂੰ ਲੱਗੇ, ਪਹਿਲਾਂ ਤਾਂ ਕੀ ਕਹਿਣਾ ਚਾਹੋਗੇ? ਇਹ ਪਹਿਲੀ ਗੱਲ ਤਾਂ ਇਹ ਕਿ ਇਹ ਠੀਕ ਹੈ, ਸੁਪਰੀਮ ਕੋਰਟ ਨੇ ਮੈਨੂੰ ਉਹਦੇ 'ਚ ਕਮੇਟੀ 'ਚ ਮੇਰੇ 'ਤੇ ਜ਼ਿੰਮੇਵਾਰੀ ਪਾਈ ਸੀ, ਇਹ ਵਿਸ਼ਵਾਸ ਜ਼ਾਹਰ ਕੀਤਾ ਸੀ ਕਿ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਅਤੇ ਉਹਦਾ ਮਸਲੇ ਦਾ ਕੋਈ ਹੱਲ ਕਰ ਸਕਦਾ। ਲੇਕਿਨ ਜਦੋਂ ਇਹਨਾਂ ਸਾਡੇ ਮਿੱਤਰਾਂ ਨੇ ਇਹ ਆਖਿਆ ਕਿ ਅਸੀਂ ਗੱਲ ਹੀ ਨਹੀਂ ਕਰਨੀ ਕਿਸੇ ਨਾਲ ਅਤੇ ਸੁਪਰੀਮ ਕੋਰਟ ਦੀ ਵੀ ਅਸੀਂ ਨਹੀਂ ਪਰਵਾਹ ਕਰਦੇ, ਅਤੇ ਉਦੋਂ ਮੈਂ ਸੁਪਰੀਮ ਕੋਰਟ ਨੂੰ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਜਦੋਂ ਇਹਨਾਂ ਨੇ ਗੱਲ ਹੀ ਨਹੀਂ ਕਰਨੀ ਅਤੇ ਦੱਸੋ ਮੇਰਾ ਇਹਦੇ 'ਚ ਰੋਲ ਕੀ ਹੋਏਗਾ। ਫਿਰ ਮੈਂ ਇਜਾਜ਼ਤ ਮੰਗੀ ਕਿ ਇਹ 'ਚੋਂ ਮੈਂ ਛੱਡ ਦਿਆਂ। ਇਹ ਸੀ ਮਸਲਾ ਮਾਨ ਸਾਹਿਬ, ਇਹ ਹੈ ਤੁਸੀਂ ਕਈ ਮੈਂ ਤੁਹਾਡੇ ਸੁਣਿਆ ਵੀ ਹੈ, ਤੁਸੀਂ ਕਹਿੰਦੇ ਹੋ ਕਿ ਮੈਂ ਖੁਦ ਕਿਸਾਨ ਹਾਂ, ਲੇਕਿਨ MSP ਦਾ ਦਾਇਰਾ ਹੋਣਾ ਚਾਹੀਦਾ ਜਾਂ MSP ਨੂੰ ਲੈ ਕੇ ਤੁਹਾਡੇ ਖਿਆਲ ਕੀ ਨੇ? ਇਸ ਇਨ ਕਿਸਾਨਾਂ ਤੋਂ ਵੱਖਰੇ ਨੇ ਤੁਹਾਡੇ ਖਿਆਲ? ਦੇਖੋ MSP ਹੋਵੇ ਮੈਂ ਇਹਦੇ ਹੱਕ 'ਚ ਹਾਂ, ਲੇਕਿਨ ਇਹ ਜਿਹੜੀ ਗੱਲ ਹੈ ਇਹ MSP ਹੈ ਨਹੀਂ, ਇਹ ਹੈ ਕੰਪਲਸਰੀ ਪ੍ਰੋਕਿਓਰਮੈਂਟ, ਔਰ ਕੰਪਲਸਰੀ ਪ੍ਰੋਕਿਓਰਮੈਂਟ ਜਿਹੜੀ ਹੈ ਉਹ ਕਦੀ ਵੀ ਨਿਆਂ ਨਹੀਂ ਦੇ ਸਕਦੀ ਕਿਉਂਕਿ ਇੱਕ ਮੋਨੋਪੋਲੀ ਦੀ ਪ੍ਰੋਕਿਓਰਮੈਂਟ ਹੈ। ਅਸਲ ਵਿੱਚ ਇਹ ਜਿਹੜੀ ਇਸ ਵੇਲੇ ਹੈ ਇਹ MSP ਦੀ ਗੱਲ ਨਹੀਂ ਹੈਗੀ, ਇਹ ਗੱਲ ਹੈ ਇਸ ਕਰਕੇ ਕਿ ਇਹ ਅਸੀਂ ਆਪਣੀ ਜ਼ਿੱਦਬਾਜ਼ੀ ਪੂਰੀ ਕਰਨੀ ਹੈ, ਇਹ ਅਸੀਂ ਜਿਹੜਾ ਸਾਡਾ ਜਿਹੜਾ ਹੰਕਾਰ ਹੈ ਉਹਦੇ 'ਤੇ ਅਸੀਂ ਇੱਥੇ ਖੜ੍ਹੇ ਹਾਂ ਅਤੇ ਆਪੋ 'ਚ ਮੁਕਾਬਲਾਬਾਜ਼ੀ ਹੈ ਸਾਰੇ ਜਿਹੜੇ ਘਰ ਘਰ ਦੀਆਂ ਬਣੀਆਂ ਜਥੇਬੰਦੀਆਂ ਨੇ ਉਹਨਾਂ ਦੀ, ਇਸ ਕਰਕੇ ਇਹ ਸਾਰਾ ਪੌੜਾ ਹੈ। ਮੈਨੂੰ ਤਾਂ ਡਰ ਹੈ ਕਿ ਇਹ ਕਿਤੇ ਪੰਜਾਬ ਦਾ ਨਾਂ ਜਿਹੜਾ ਪੰਜਾਬ ਸਾਰੇ ਦੇਸ਼ ਦਾ ਸਿਰਮੌਰ ਸੀ, ਸਿਰ ਦਾ ਤਾਜ ਸੀ, ਉਹਦਾ ਨਾਂ ਬਦਲ ਕੇ ਕਿਤੇ ਧਰਨਿਆਂ ਅਤੇ ਰੇਲ ਰੋਕੋ ਅਤੇ ਮੁਜ਼ਾਹਰਿਆਂ ਦਾ ਪੰਜਾਬ ਵੀ ਨਾਂ ਬਦਲ ਦੇਣ, ਜਦੋਂ ਕਿ ਗੱਲਬਾਤ ਨਹੀਂ ਕਰਦੇ ਅੱਜ ਵੀ, ਹੁਣ ਜਦੋਂ ਇਹ ਸਾਡੇ ਮਿੱਤਰ ਗੱਲ ਕਰਦੇ ਨੇ ਔਰ ਗੱਲ ਜ਼ਿੱਦ ਵਿੱਚ ਕੀਤੀ ਹੋਈ ਅਤੇ ਬਰਾਬਰ ਦੀ ਗੱਲ ਕੀਤੀ ਹੋਈ, ਇਹ ਡੈਮੋਕ੍ਰੇਸੀ ਦਾ ਇਹ ਤਰੀਕਾ ਨਹੀਂ ਕਿ ਆਪਾਂ ਬਿਲਕੁਲ ਜਿਹੜੀ ਗੱਲ ਅਸੀਂ ਆਖੀ ਆ ਉਹਦੇ 'ਚ ਅਸੀਂ ਜਾਣਾ। ਦੇਖੋ ਹੁਣ ਇੱਕ ਹੋਰ ਕਮੇਟੀ ਬਣੀ ਹੈ, MSP ਕਮੇਟੀ ਬਣੀ ਹੋਈ ਹੈ, ਇਹਨਾਂ ਨੇ ਉਸ MSP ਕਮੇਟੀ ਨੂੰ ਜੁਆਇਨ ਨਹੀਂ ਕੀਤਾ ਜਦੋਂ ਕਿ ਇਹਨਾਂ ਦੀ ਮੰਗ ਦੇ ਉੱਤੇ ਬਣੀ ਸੀ, ਇਹਨਾਂ ਜੁਆਇਨ ਇਸ ਕਰਕੇ ਨਹੀਂ ਕੀਤਾ ਇਹ ਕਹਿ ਕੇ ਕਿ ਇਸ ਕਮੇਟੀ ਵਿੱਚ ਸਾਰੇ ਹੀ ਉਹ ਹੋਣ ਜਿਹੜੇ ਸਾਡੀ ਗੱਲ ਨੂੰ ਟੋ ਕਰਦੇ ਨੇ। ਇਹ ਡੈਮੋਕ੍ਰੇਸੀ ਹੈ। ਗੱਲ ਤਾਂ ਹੁੰਦੀ ਹੈ
ਕੁਝ ਸੁਣੀਏ ਤੇ ਕੁਝ ਕਹੀਏ। ਅਗਰ ਗੱਲ ਵਿਚ ਦਮ ਹੈ, ਤਰਕ ਹੈ, ਇਨਸਾਫ਼ ਹੈ, ਠੀਕ ਠੀਕ ਗੱਲ ਹੈ, ਤੇ ਫਿਰ ਗੱਲ ਕਰਨ ਵਿਚ ਝਾਕਾ ਕਦੇ ਨੀ। ਤੁਸੀਂ ਕਹਿੰਦੇ ਹੋ MSP ਦੇ ਹੱਕ ਚ ਹੋ, ਫਿਰ MSP ਕਿਹੜੀ ਹੋਣੀ ਚਾਹੀਦੀ ਹੈ? ਇਹ ਤਾਂ ਕਹਿੰਦੇ ਸਾਰੀ ਫਸਲਾਂ ਦੀ MSP ਪੋਸੀਬਲ ਹੈ ਕਿ ਇੰਨਾ ਬਜਟ ਹੈ ਸਰਕਾਰਾਂ ਦਾ, ਜਾਂ ਕੋਈ ਸਰਕਾਰ ਵਾਅਦਾ ਕਰਦੇ, ਰਾਮਨਾਥ ਸਵਾਮੀ ਦੀ ਕਮਿਸ਼ਨ ਦੀ ਰਿਪੋਰਟਾਂ ਬਣ ਗਈਆਂ, ਕਿਸੇ ਵੀ ਸਰਕਾਰ ਨੇ ਲਾਗੂ ਕੀਤੀ ਆ, ਤੁਹਾਨੂੰ ਲੱਗਦਾ ਕੀ ਹੈ ਕਿ ਗੱਲ ਕੀ ਹੈ, MSP ਵਾਕਈ ਪੋਸੀਬਲ ਹੈ? MSP ਜਿਹੜੀ ਹੈ ਨਾ, ਉਹ ਜਦੋਂ ਸ਼ੁਰੂ ਹੋਈ ਹੈ ਉਦੋਂ ਹੋਈ ਹੈ ਕਿ ਘੱਟੋ ਘੱਟ ਸਹਾਇਕ ਕੀਮਤ ਹੈ, ਉਸ ਤੋਂ ਉੱਤੇ ਅਗਰ ਜਾਂਦੀ ਹੈ ਤੇ ਖੁੱਲਾ ਬਾਜ਼ਾਰ ਹੈ, ਜਿੱਥੇ ਮਰਜ਼ੀ ਵੇਚ ਲਓ। ਹੁਣ ਇਹ ਕੀਤਾ ਹੋਇਆ ਕੀ ਹੈ ਕਿ ਘੇਰਾਬੰਦੀ ਕੀਤੀ ਹੋਈ ਹੈ, ਜਿੱਥੇ ਅਸੀਂ ਚਾਹੁੰਦੇ ਹਾਂ ਉੱਥੇ ਵੇਚਣ ਨਹੀਂ ਦਿੱਤੇ ਜਾਂਦੇ। ਪਹਿਲਾਂ ਦੇਖੋ, ਮੈਂ ਮੈਂਬਰ ਪਾਰਲੀਮੈਂਟ ਹੁੰਦੀ ਹਾਂ, ਇੱਥੋਂ ਕਣਕ ਮੈਂ ਕਿਹਾ ਮੈਂ ਮਹਾਰਾਸ਼ਟਰ ਲੈ ਕੇ ਜਾਣੀ ਹੈ, ਡੇਰਾਬੱਸੀ ਸਾਨੂੰ ਗ੍ਰਿਫਤਾਰ ਕਰ ਲਿਆ। ਉਸ ਗ੍ਰਿਫਤਾਰੀ ਦੇ ਸੰਬੰਧ ਵਿੱਚ ਪਾਰਲੀਮੈਂਟ ਮੈਂਬਰ ਹੁੰਦਿਆਂ ਪ੍ਰਿਵਿਲੇਜ ਮੋਸ਼ਨ ਆਇਆ ਪਾਰਲੀਮੈਂਟ 'ਚ, ਉਸ ਪ੍ਰਿਵਿਲੇਜ ਮੋਸ਼ਨ ਵਿੱਚ ਇੱਥੋਂ ਦਾ DGP ਉਸ ਵੇਲੇ ਅਤੇ ਚੀਫ ਸੈਕਟਰੀ ਉਹਨਾਂ ਦੀ ਇਸ ਗੱਲ ਦੀ ਪੁੱਛਗਿੱਛ ਹੋਈ, ਉਹਨਾਂ ਨੇ ਇਸ ਗੱਲ ਦੀ ਖਿਮਾ ਵੀ ਮੰਗੀ। ਸੋ ਇਹ ਇਹ ਹੋਰ ਤਰ੍ਹਾਂ ਦੀ ਗੱਲ ਹੈ। ਇਹ ਜਿਹੜੀ ਜਿਹੜੀ ਘੇਰਾਬੰਦੀ ਕੀਤੀ ਹੋਈ ਹੈ ਨਾ, ਗੱਲ ਉਹਦੀ ਆ, ਉਹ ਘੇਰਾਬੰਦੀ ਵਧਾ ਕੇ ਇਸ ਵੇਲੇ ਹੋਰ ਬਾਰਡਰ ਦੀ ਕਰ ਦਿੱਤੀ ਹੈ। ਅਗਰ ਤੇ ਇਹ MSP ਜਿਹੜੀ ਹੈ ਸਹਾਇਕ ਕੀਮਤ ਦੇ ਤੌਰ ਦੇ ਉੱਤੇ, ਭਾਈ ਅਗਰ ਇਸ ਤੋਂ ਉੱਤੇ ਕੀਮਤ ਜਾਂਦੀ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਇਸ ਤੋਂ ਥੱਲੇ ਦੇ ਉੱਤੇ ਸਰਕਾਰ ਵਿੱਚ ਆਏਗੀ। ਹੁਣ ਸਰਕਾਰ ਇੱਥੇ ਪੰਜਾਬ ਵਿੱਚ ਤੇ ਲੈਂਦੀ ਪਈ ਹੈ ਸਾਰੀ, ਹੋਰ ਜਗ੍ਹਾ ਦੇ ਉੱਤੇ ਲੈਣ ਦੀ ਜਿਹੜੀਆਂ ਮੁਸ਼ਕਲਾਂ ਨੇ, ਉਹਨਾਂ ਮੁਸ਼ਕਲਾਂ ਨੂੰ ਜਿਹੜੇ ਬਾਰਡਰਸ ਨੇ ਉਹ ਖੋਲਣ ਦੀ ਲੋੜ ਹੈ। ਅਗਰ ਵੇਖੋ ਨਾ, ਜਿਹੜੀ CRPC ਹੈ ਉਹਦੇ ਟਰਮਸ ਆਫ ਰੈਫਰੈਂਸ ਵਿੱਚ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਪੈਰਿਟੀ ਪ੍ਰਾਈਸ ਉਹ ਵੇਖਣੀ ਹੈ। ਹੁਣ ਜਦੋਂ ਮੈਂ ਵੇਖਦਾ, ਜਿਹੜੇ ਸਾਡੇ ਬੜੇ ਬੜੇ ਵੱਡੇ ਸਾਡੇ ਇਕੋਨੋਮਿਸਟ ਨੇ, ਐਗਰੀਕਲਚਰ ਇਕੋਨੋਮਿਸਟ ਨੇ, ਔਰ ਆਉਂਦੇ ਵੀ ਨੇ, ਕਹਿੰਦੇ ਨੇ ਭਾਈ ਖੇਤੀ ਨਾਲ ਜੀ ਜ਼ਿਆਦਤੀ ਹੋਈ ਹੈ। ਹੁਣ ਸਵਾਲ ਇੱਥੇ ਆਉਂਦਾ ਹੈ ਕਿ ਮੈਨੂੰ ਉਹ ਦਿਨ ਯਾਦ ਹੈ ਜਦੋਂ 1 ਕੁਇੰਟਲ ਕਣਕ ਤੋਂ ਜੋ ਕੁਝ ਆਉਂਦਾ ਸੀ ਉਹ ਅੱਜ 10 ਕੁਇੰਟਲ ਕਣਕ ਤੋਂ ਵੀ ਨਹੀਂ ਆਉਂਦਾ। ਇਹਦਾ ਮਤਲਬ ਇਹ ਹੈ ਕਿ MSP ਜਿਹੜੀ ਹੈ ਉਹਨੇ ਸਾਡੇ ਨਾਲ ਧੋਖਾ ਕੀਤਾ ਨਾ, MSP ਜਿਹੜੀ ਉਹ ਠੀਕ ਨਹੀਂ ਹੈਗੀ। MSP ਦੇ ਉੱਤੇ ਜ਼ੋਰ ਦੇਣਾ ਉਹਦੀ ਬਜਾਏ ਇਸੈਂਸ਼ੀਅਲ ਕਮੋਡਿਟੀ ਐਕਟ ਤੇ 9th ਸ਼ਡਿਊਲ ਤੇ ਹੋਣਾ ਚਾਹੀਦਾ। ਤੁਸੀਂ ਕਹਿੰਦੇ ਹੋ ਕਿ MSP ਹੋਏ ਪਰ ਇੱਕ ਖੁੱਲੇ ਦਾਇਰੇ ਨਾਲ ਹੋਏ ਔਰ ਬੰਦੇ ਨਾਲ, ਲੇਕਿਨ ਅਗਰ ਕੋਈ ਗਾਹਕ ਹੋਣਾ ਚਾਹੀਏ। ਤੁਸੀਂ ਕਹਿ ਰਹੇ ਹੋ ਕਿ ਅੰਦੋਲਨ ਦਾ, ਤੁਸੀਂ ਕਹਿ ਕੇ ਜਥੇਬੰਦੀਆਂ ਦਾ ਆਪਸ ਦਾ ਕੰਪੀਟੀਸ਼ਨ ਹੋ ਗਿਆ, ਕਦੀ ਕੋਈ ਜਥੇਬੰਦੀ ਆ ਜਾਂਦੀ, ਕਦੀ ਕੋਈ ਆ ਜਾਂਦੀ। ਹੁਣ ਵੀ ਇਹੋ ਹੀ ਹੈ, ਕੋਈ ਜਥੇਬੰਦੀ ਕਰਦੀ ਹੈ ਮੈਂ ਫਲਾਣੀ ਤਰੀਕ ਨੂੰ ਕਰਾਂਗੀ, ਉਹ ਆਉਂਦੇ ਨੇ ਅਸੀਂ ਫਲਾਣੀ ਨੂੰ ਕਰਾਂਗੇ, ਹੋਰ ਤੇ ਇੱਕ ਲਾਈਨ ਲੱਗੀ ਹੋਈ ਹੈ। ਕਿਉਂ ਲੱਗੀ ਹੋਈ ਹੈ ਕਿ ਕੋਈ ਜਥੇਬੰਦੀ ਕਿਸੇ ਲੈਵਲ ਤੇ ਕਰਦੀ ਹੈ, ਕੋਈ ਕਿਸੇ ਲੈਵਲ ਤੇ ਕਰਦੀ ਹੈ। ਸੋ ਇਹ ਜਿਹੜੀ ਹੈ ਨਾ ਇੱਕ ਦੂਜੇ ਦੀ ਕੰਪੀਟੀਸ਼ਨ, ਇਹ ਪੰਜਾਬ ਨੂੰ ਤੇ ਦੇਸ਼ ਨੂੰ ਤੇ ਕਿਸਾਨੀ ਦਾ ਜਿਹੜਾ ਨਾਂ ਹੈ ਉਹਨੂੰ ਖਰਾਬ ਕਰਦੀ ਹੈ। ਅਸਲ ਚ ਤਰਕ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਨਹੀਂ ਇਹ ਕਹਿੰਦੇ ਵੀ ਸਵਾਮੀਨਾਥਨ ਕਮਿਸ਼ਨ, ਮੈਂ ਇੱਕ ਗੱਲ ਲਗਾ ਸੀ ਕਰਨ ਨੂੰ ਰਹਿ ਗਈ ਵਿੱਚ। ਦੇਖੋ ਅਸੀਂ, ਸਾਨੂੰ ਵਿਧਾਨ ਸਾਰਿਆਂ ਨੂੰ ਇੱਕੋ ਜਿਹਾ ਇਨਸਾਫ ਦਿੰਦਾ, ਲੇਕਿਨ ਜਿਸ ਵਿਧਾਨ ਵਿੱਚ ਇਹ ਹੋਵੇ ਕਿ ਅਸੀਂ ਕੋਰਟ ਵਿੱਚ ਨਹੀਂ ਜਾ ਸਕਦੇ, ਸਾਨੂੰ 9th ਸ਼ਡਿਊਲ ਜਿਹੜਾ ਉਹ ਮਜਬੂਰ ਕਰਦਾ ਕਿ ਅਸੀਂ ਕੋਰਟ ਵਿੱਚ ਜਾ ਨਹੀਂ ਸਕਦੇ ਇਸੈਂਸ਼ੀਅਲ ਕਮੋਡਿਟੀ ਐਕਟ ਦੇ ਸੰਬੰਧ ਵਿੱਚ, ਅਗਰ ਅਸੀਂ ਚਾਹੀਏ
ਕਿ ਜਨਾਬ ਸਾਡੀ ਕਾਸਟ ਆਫ ਪ੍ਰੋਡਕਸ਼ਨ ਤੋਂ ਸਾਨੂੰ ਇੱਥੇ ਜਾਂ ਜਗ੍ਹਾ ਤੇ ਵੇਚਣ ਨਹੀਂ ਦਿੰਦੇ ਜਾਂ ਖੜਨ ਨਹੀਂ ਦਿੰਦੇ, ਅਸੀਂ ਕੋਰਟ ਵਿੱਚ ਨਹੀਂ ਜਾ ਸਕਦੇ। ਦੱਸੋ ਮੈਨੂੰ ਨਿਆਂ ਮਿਲਦਾ ਇਸ ਦੇਸ਼ ਵਿੱਚ? ਸੋ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਇਹ ਟੱਚ ਨਹੀਂ ਕਰਨਗੇ। ਨਹੀਂ, ਇਹ ਕਹਿੰਦੇ ਵੀ ਜਿੱਦਾਂ ਅਸੀਂ ਸੁਣ ਰਹੇ ਸੀਗੇ ਵੀ ਮੋਦੀ ਸਰਕਾਰ ਚਾਹੁੰਦੀ ਨਹੀਂ ਕਿਸਾਨਾਂ ਦਾ ਭਲਾ, ਉਹ ਪੰਜਾਬ ਵਿਰੋਧੀ ਹੈ, ਐਂਟੀ ਵਿਰੋਧੀ, ਪੰਜਾਬ ਦੇ ਹਿੱਤਾਂ ਵਾਸਤੇ ਨਹੀਂ ਹੈ, ਇਹ ਐਲੀਗੇਸ਼ਨ ਵੀ ਆ ਰਹੇ ਨੇ? ਨਾਲ ਆ ਰਹੇ ਨੇ, ਇਹ ਐਲੀਗੇਸ਼ਨ ਆਉਂਦੇ ਪਏ ਨੇ, ਔਰ ਉਹਦੇ ਪਿੱਛੇ ਸਾਰੀ ਪੋਲੀਟਿਕਸ ਹੈ। ਹੁਣ ਪੋਲੀਟੀਕਲੀ ਜਿੰਨਾ ਲੋਕਾਂ ਨੇ ਪੋਲੀਟਿਕਸ ਕਰਨੀ ਆ ਉਹ ਕਰਨ। ਵੇਖੋ, ਸਾਨੂੰ ਇਸ ਵੇਲੇ ਦਿਸਦਾ ਪਿਆ ਕਿ ਹੱਥ ਵਿੱਚ ਤੇ ਝੰਡਾ ਕਿਸਾਨੀ ਦਾ, ਅੰਦਰ ਦਿਲ ਹੈ ਲਾਲ, ਉਹ ਝੰਡਾ ਉੱਥੇ ਲਾਇਆ ਹੋਇਆ। ਹੁਣ ਇਹਦੇ ਨਾਲ ਜੇ ਪੋਲੀਟਿਕਸ ਲੁਕਾ ਕੇ ਕਰਨੀ ਹੈ, ਮੈਂ ਸਮਝਦਾ ਸਿੱਧੇ ਤੌਰ ਤੇ ਕਰਨੀ ਚਾਹੀਦੀ ਹੈ ਜੇ ਕਹਿਣ। ਤੁਸੀਂ ਕਹਿ ਰਹੇ ਹੋ ਕਿ ਇਹ ਰਾਜਨੀਤਿਕ ਅੰਦੋਲਨ ਹੈ? ਹਾਂ ਬਿਲਕੁਲ ਬਿਲਕੁਲ, ਜੇ ਜੇ ਜਿਨ੍ਹਾਂ ਲੋਕਾਂ ਨੇ ਕਿਸਾਨੀ ਦੀ ਗੱਲ ਕਰਨੀ ਆ ਉਹ ਕਿਸਾਨ ਇਸ਼ੂਜ਼ ਦੇ ਉੱਤੇ ਗੱਲ ਕਰਨ, ਨਾ ਕਿ ਹੈਂਕੜਬਾਜ਼ੀ ਤੇ ਜਾਂ ਜ਼ਿੱਦ ਦੇ ਉੱਤੇ ਜਾਂ ਇਸ ਗੱਲ ਦੇ ਉੱਤੇ ਕਿ ਸਾਡਾ ਸਵੈਮਾਨ ਹੈ ਜੀ, ਅਸੀਂ ਆਖ ਬੈਠੇ ਹੋਏ ਹਾਂ ਤੇ ਇਹੋ ਕੁਝ ਸਾਰਾ ਕੁਝ ਕਰਨਾ। ਸੋ ਮਤਲਬ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਕਰਨ ਹੋ ਗਿਆ ਇਸ ਅੰਦੋਲਨ ਦਾ? ਬਿਲਕੁਲ ਹੈ ਹੀ ਹੈ। ਜਦੋਂ ਕੌਣ ਕਰ ਰਿਹਾ ਰਾਜਨੀਤੀ? ਇਹ ਕੋਈ ਸਾਰੇ ਮਿੱਤਰ ਜਿਹੜੇ ਨੇ ਅੰਦਰ ਤੇ ਇਹਨਾਂ ਦੀ ਰਾਜਨੀਤੀ ਆ ਜਨਾਬ। ਤੁਸੀਂ ਕੋਈ ਖੁੱਲ ਕੇ ਨਾਮ ਲੈ ਰਹੇ ਹੋ ਕਿ ਕੋਈ ਬੜਾਵਾ ਜਾਂ ਕੁਛ? ਮੈਂ ਕਿਸੇ ਇੱਕ ਦਾ ਨਾਂ ਕੀ ਲਵਾਂ, ਸਾਰਿਆਂ ਦੀ ਇਹੋ ਗੱਲ ਹੈ, ਜਿਹੜੇ ਅਗਵਾਈ ਕਰਦੇ ਪਏ ਨੇ, ਜਿਹੜੇ ਬਾਕੀ ਸਾਰੇ ਮਿੱਤਰ ਨੇ ਸਾਡੇ, ਉਹ ਤੇ ਇਦਾਂ ਜਿਵੇਂ ਮੈਂ ਕੀ ਆਖਾਂ, ਵੀ ਲੂੰਬੜੀ ਨੇ ਸ਼ੇਰਾਂ ਨੂੰ ਏਦਾਂ ਕੀਤਾ ਹੋਇਆ ਕਿ ਸ਼ੇਰ ਤੇ ਤੁਰੇ ਨੇ, ਵੀ ਅਸੀਂ ਜਿੱਧਰ ਆਖੋਗੇ ਉੱਧਰ ਤੁਰ ਪੈਂਦੇ ਹਾਂ, ਤੇ ਲੂੰਬੜੀਆਂ ਦਾ ਦਿਲ ਜਿਹੜਾ, ਲੂੰਬੜੀਆਂ ਦੀ ਸ਼ਰਾਰਤ ਜਿਹੜੀ ਹੈ, ਲੂੰਬੜੀਆਂ ਦੀ ਜਿਹੜੀ ਗੱਲ ਹੈ, ਉਹ ਸਮਾਜ ਦੇ ਸਾਹਮਣੇ ਆ ਗਈ ਹੋਈ ਹੈ, ਕਮ ਸੇ ਕਮ ਮੇਰੇ ਸਾਹਮਣੇ ਤੇ ਹੈ। ਤੁਸੀਂ ਲੱਗਦਾ ਕਿ ਇਹਦਾ ਹੱਲ ਕੀ ਹੈ ਫਿਰ, ਕਿ ਕਿਉਂਕਿ ਮੀਟਿੰਗ ਕੇ ਸੈਂਟਰ ਨਾਲ ਵੀ ਹੈ, ਚੱਲ ਵੀ ਰਹੀ ਹੈ, ਮੀਟਿੰਗਾਂ ਦਾ ਦੌਰ ਜਾਰੀ ਹੈ, ਫਿਰ ਅੜੀ ਕਿੱਥੇ ਹੈ? ਇਹ ਜਿੰਨੀਆਂ ਮੰਗਾਂ ਹੈ ਨੇ ਉਹ ਮੰਨ ਵੀ ਲੈਣ ਸਾਰੀਆਂ ਦੀਆਂ ਸਾਰੀਆਂ ਟੋਟਲ, ਫਿਰ ਮੈਂ ਦਾਅਵੇ ਨਾਲ ਕਹਿਣਾ ਮੈਨੂੰ ਲੱਗਦਾ ਕਿ ਅਗਲੀਆਂ ਹੋਰ 4 ਖੜੀਆਂ ਹੋ ਜਾਣੀਆਂ ਨੇ, 10 ਹੋਰ ਖੜੀਆਂ ਹੋ ਜਾਣੀਆਂ ਨੇ, ਕਿਉਂਕਿ ਇਹ ਇਸ ਵੇਲੇ ਨਾ ਇੱਕ ਧੰਦਾ ਹੋ ਗਿਆ। ਜੇ ਧੰਦੇ ਦੇ ਤੌਰ ਦੇ ਉੱਤੇ ਅਸੀਂ ਕਰਨੀਆਂ ਨੇ, ਇਹ ਸਾਡਾ ਬਿਜ਼ਨਸ ਹੈ, ਬਿਜ਼ਨਸ ਆਫ ਧਰਨਾਸ, ਬਿਜ਼ਨਸ ਆਫ ਰੇਲ ਰੋਕੋਸ, ਬਿਜ਼ਨਸ ਆਫ ਇਹ ਸਾਰੇ ਜਿਹੜੇ ਬਿਜ਼ਨਸ ਨੇ, ਇਹ ਜਿਨ੍ਹਾਂ ਨੇ ਕਰਨਾ ਉਹਨਾਂ ਨੂੰ ਜੇ ਲਾਭ ਹੁੰਦਾ। ਕਹਿੰਦੇ ਵੀ ਕਿਸਾਨਾਂ ਦੀ ਤਾਂ ਕਿਸਾਨ ਮਜ਼ਦੂਰ ਹੈ ਔਰ ਸਾਰੇ ਇਸ ਕਰਕੇ ਹੱਕ ਚਾਹੀਦਾ ਹੈ, ਪਹਿਲਾਂ ਵੀ ਹੱਕ ਦੀ ਮੰਗ ਲੈ ਕੇ ਚੱਲੇ ਆ, ਇਹ ਸਾਰਾ ਚੀਜ਼ ਨੂੰ ਕਿਵੇਂ ਦੇਖਦੇ ਹੋ? ਸਾਰੇ ਚਾਹੀਦੇ ਨੇ, ਇਹੋ ਤੇ ਮੈਂ ਕਹਿਣਾ, ਹੱਕ ਤੇ ਸਾਰੇ ਚਾਹੀਦੇ ਨੇ, ਹੱਕ ਲੈਣ ਦੇ ਪਿੱਛੇ ਮਨ ਜਿਹੜਾ ਉਹ ਲਫ਼ਜ਼ ਨੇ, ਹੱਕ ਲੈਣ ਦੇ ਮਨ ਵੀ ਹੋਣਾ ਚਾਹੀਦਾ ਨਾ, ਹੱਕ ਲੈਣ ਦਾ ਮਨ ਜਿਹੜਾ ਉਹਦੇ ਪਿੱਛੇ ਕੁਝ ਨਾ ਕੁਝ ਹੋਰ ਹੈ, ਜ਼ਾਤ ਹੈ, ਜਮਾਤ ਹੈ ਇਹਨਾਂ ਦੀ ਆਪੋ ਚ, ਆਪੋ ਚ ਇਹਨਾਂ ਦੇ ਬਿਜ਼ਨਸ ਨੇ, ਆਪੋ ਚ ਇਹਨਾਂ ਦੇ ਕੋਈ ਹੋਰ ਧੰਦੇ ਨੇ, ਕਿਤੇ ਹੋਰ ਆਦੇਸ਼ ਆ ਰਹੇ ਨੇ, ਕਿਤੇ ਹੋਰ ਫੰਡਿੰਗ ਆ ਰਹੀ ਹੈ, ਜ਼ਰੂਰੀ ਨਹੀਂ ਵੀ ਉਹ ਫੰਡਿੰਗ ਇੱਥੋਂ ਦੀ ਚੱਲਦੀ, ਉਹ ਪਤਾ ਨਹੀਂ ਕਿੱਥੋਂ ਕਿੱਥੋਂ ਆ ਰਹੀ ਹੈ। ਡੱਲੇਵਾਲ ਜੀ ਦਾ ਵੀਡੀਓ ਵਾਇਰਲ ਹੋ ਰਿਹਾ ਕਿ ਉਹਦੇ ਵਿੱਚ ਕਹਿ ਰਹੇ ਕਿ ਰਾਮ ਮੰਦਿਰ ਬਣਨ ਤੋਂ ਬਾਅਦ ਮੋਦੀ ਦਾ ਗ੍ਰਾਫ ਉੱਪਰ ਚਲਾ ਗਿਆ, ਵੀ ਉਹ ਇੱਕ ਚਿੰਤਾ ਦਾ ਵਿਸ਼ਾ ਨੂੰ ਥੱਲੇ ਲੈਣਾ, ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਠੀਕ ਹੈ, ਮੈਂ ਵੀ ਦੇਖੀ ਹੈ, ਮੈਂ ਵੀ ਦੇਖੀ ਹੈ, ਬਿਲਕੁਲ ਦੇਖੀ ਹੈ, ਔਰ ਉਹਦੇ ਚ ਗੱਲ ਕਲੈਰਿਟੀ ਆ, ਮੈਨੂੰ ਲੱਗਦਾ ਚੰਗਾ ਕੀਤਾ ਉਹਨਾਂ ਨੇ,
ਆਪਣਾ ਮਨ ਸਾਹਮਣੇ ਰੱਖ ਦਿੱਤਾ ਔਰ ਇਹ ਮਨ ਸਾਹਮਣੇ ਆਉਣ ਨਾਲ ਗੱਲ ਸਪਸ਼ਟ ਹੋ ਗਈ ਹੈ ਕਿ ਪੋਲੀਟਿਕਸ ਕਰਨੀ ਤਾਂ ਖੋਲ ਕੇ ਕਰੋ ਨਾ, ਪੋਲੀਟਿਕਸ ਵਿੱਚ ਆਉਣਾ ਖੋਲ ਕੇ ਆਓ, ਲੇਕਿਨ ਛੁਪਾ ਕੇ ਪੋਲੀਟਿਕਸ ਕਰਨੀ ਨਾ ਕਿਸਾਨ ਦਾ ਲੈ ਕੇ ਕਰਨੀ ਇਹ ਠੀਕ ਨਹੀਂ ਹੈ, ਇਹ ਠੀਕ ਨਹੀਂ, ਇਹ ਵਿਹਾਰਕ ਨਹੀਂ ਹੈਗਾ, ਨਿਆਇਕ ਨਹੀਂ ਹੈਗਾ, ਇਹ ਨਾ ਕਿਸਾਨੀ ਦੇ ਹਿੱਤ ਚ ਹੈ ਨਾ ਪੰਜਾਬ ਦੇ ਹਿੱਤ ਚ ਹੈ। ਮੈਂ ਕਿਸਾਨ ਹਾਂ, ਮੇਰੇ ਹਿੱਤ ਇਹਦੇ ਨਾਲ ਨਹੀਂ ਬਚਦੇ ਪਏ। ਮੈਂ ਇਸ ਕਰਕੇ ਦੇਖੋ ਜਦੋਂ ਇਹਨਾਂ ਨੇ ਸ਼ੁਰੂ ਕੀਤਾ, ਸੁਪਰੀਮ ਕੋਰਟ ਨੇ ਮੈਨੂੰ ਕੋਈ ਜ਼ਿੰਮੇਵਾਰੀ ਲਾਈ, ਉਸ ਤੋਂ ਬਾਅਦ ਮੈਂ ਚੁੱਪ ਹੋ ਗਿਆ। ਲਾਸਟ ਸਵਾਲ ਮਾਨ ਸਾਹਿਬ, ਤੁਸੀਂ ਕਿਹਾ ਕਿ ਰਾਜਨੀਤੀ ਕਰ ਰਹੇ ਕਿਸਾਨ, ਕਿੱਥੇ ਹੋਰ ਡਾਇਰੈਕਸ਼ਨ ਆ ਰਹੀਆਂ ਨੇ, ਫੰਡਿੰਗ ਬਹੁਤ ਵੱਡੀ ਗੱਲ ਕਹਿ ਰਹੇ ਹੋ, ਫਿਰ ਇਹ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹ ਕੌਣ ਨੇ? ਜਿਹੜੇ ਟਰਾਲੀਆਂ ਟਰੈਕਟਰ ਲੈ ਕੇ ਆ ਰਹੇ ਨੇ ਉਹ ਕੌਣ ਨੇ? ਸ਼ੇਰ ਨੇ, ਸ਼ੇਰ ਨੇ ਜਿਹੜੇ ਟਰਾਲੀਆਂ ਲੈ ਕੇ ਬੈਠੇ ਨੇ, ਲੇਕਿਨ ਗੱਲ ਲੂੰਬੜੀ ਲੈ ਕੇ ਆਈ ਹੋਈ ਆ, ਮੁਸ਼ਕਲ ਆ ਏ। ਸ਼ੇਰਾਂ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਉਹ ਤਾਂ ਸ਼ੇਰ ਨੇ, ਲੇਕਿਨ ਲੂੰਬੜੀ ਅਗਰ ਉਹਨਾਂ ਨੂੰ ਹੋਰ ਪਾਸੇ ਖੜਦੀ ਪਈ ਹੈ। ਦੇਖੋ ਇੱਕ ਸਾਡੇ ਕਹਾਵਤ ਹੈ, ਚੋਰ ਚੋਰੀ ਕਰਨ ਆਏ ਤੇ ਜਿਹੜਾ ਚੋਰਾਂ ਦੇ ਵਿਚਲਾ ਵਾਰ ਨੂੰ ਕਿਸੇ ਹੋਰ ਪਾਸੇ ਲੈ ਜਾਏ ਤੇ ਵਾਰ ਜਿਹੜੀ ਉਹ ਉਧਰ ਤੁਰ ਪੈਂਦੀ ਹੈ ਤੇ ਅਸਲ ਚ ਚੋਰ ਨਿਕਲ ਜਾਂਦੇ ਨੇ। ਮੈਂ ਅੱਜ ਵੀ ਇਹ ਸਮਝਦਾ ਭਈ ਇਹ ਜਿਹੜਾ ਜਿਹੜੇ ਗਏ ਨੇ ਉਹ ਤੇ ਬਿਲਕੁਲ ਸ਼ੇਰ ਨੇ, ਲੇਕਿਨ ਉਹਨਾਂ ਨੂੰ ਜਿਸ ਤਰੀਕੇ ਨਾਲ ਅੱਗੇ ਇਸ਼ੂ ਲਿਆ ਕੇ ਆਖਿਆ ਹੋਇਆ ਉਹ ਅੰਦਰ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ।